ਮੇਰਾ ਨਜਾਇਜ਼ ਇਹ ਹੋ ਰਿਹਾ ਕਿ ਮੈਂ ਆਪਣੀ ਧੀ ਦਾ ਵਿਆਹ ਕੀਤਾ ਸੀਗਾ। ਅੱਜ ਸਾਡੀ ਕੁੜੀ ਇੱਥੇ ਸੁੱਟ ਕੇ ਨੇ, ਉਹ ਸੁੱਟ ਕੇ ਗਏ ਨੇ, ਉਹ ਆਪ ਨਹੀਂ ਆਏ, ਸਰਪੰਚ ਸਾਹਿਬ ਨੂੰ ਨਾਲ ਲੈ ਕੇ ਆਏ ਨੇ। ਆਹ ਤਿੰਨ ਸਰਪੰਚ ਨਾਲ ਭੇਜੇ ਨੇ। ਦੇਖੋ ਜੀ, ਇਹ ਸਾਡੀ ਕੁੜੀ ਨੂੰ ਸੁੱਟ ਕੇ ਜਾ ਰਹੇ ਨੇ ਇੱਥੇ। ਮੇਰੇ ਨਾਲ ਨਜਾਇਜ਼ ਹੋ ਰਹੀ ਆ, ਦੇਖੋ ਇਹਨਾਂ ਦਾ ਫੇਸ ਦੇਖੋ। ਇਹ ਸਾਡੀ 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 ਇੱਜ਼ਤ ਦਾ ਕੁਛ ਬੋਲ ਮੁੱਲ ਨਹੀਂ ਦੇ। ਕਹਿੰਦੇ 50,000 ਲੈ ਕੇ ਤੁਸੀਂ ਕੁੜੀ ਦਾ ਫੈਸਲਾ ਕਰੋ। ਸਾਡੀ ਇੱਜ਼ਤ ਦਾ ਮੁੱਲ ਦੋਸਤੋ, ਮੇਰੇ ਵੀਰੋ, ਇਹ 50,000 ਰੁਪਏ ਦੇ ਕੇ ਮੇਰੀ ਕੁੜੀ ਦੀ ਇੱਜ਼ਤ ਦਾ ਫੈਸਲਾ ਕਰਨੇ ਇਹ ਸਰਪੰਚ ਸਾਹਿਬ ਨੇ। ਇਹ ਕਹਿੰਦੇ ਅਸੀਂ ਰਿਟਾਇਰ ਸਰਪੰਚ ਨੇ, ਇਹਨਾਂ ਦੇ ਪਿਓ ਬਣੇ ਸੀ, ਚਾਚਾ ਬਣੇ ਹੋਏ ਸੀਗੇ, ਅੱਜ ਮੂੰਹ ਨੂੰ ਘੁੰਮਦੇ ਫਿਰਦੇ ਨੇ। ਦੇਖੋ ਜੀ, ਇਹ ਸਾਡੀ ਕੁੜੀ ਨਾਲ ਨਜਾਇਜ਼ ਕਰਦੇ ਨੇ। ਮੁੰਡੇ ਨੂੰ ਭਜਾ ਕੇ ਸਾਨੂੰ ਕਹਿੰਦੇ ਕੁੜੀ ਰੱਖੋ, ਅਸੀਂ ਤਾਂ ਸਾਡੀ ਜ਼ਿੰਮੇਦਾਰੀ ਤੇ ਕਰਾਂਗੇ। ਮਾਂ ਬਾਪ ਆਪਣੀ ਧੀ ਦਾ ਵਿਆਹ ਲਾਡਾਂ ਤੇ ਚਾਵਾਂ ਨਾਲ ਖਰਚਾ ਕਰਕੇ ਕਰਦਾ ਤਾਂ ਕਿ ਉਸਦੀ ਧੀ ਸਹੁਰੇ ਘਰ 'ਚ ਸੁਖੀ ਬਸ ਸਕੇ। ਪਰ ਇੰਨਾ ਖਰਚ ਕਰਕੇ ਜੇਕਰ ਇੱਕ ਬਾਪ ਦੀ ਧੀ ਫਿਰ ਵੀ ਰੁਲਦੀ ਰਹੇ ਤਾਂ ਉਸ ਬਾਪ ਤੇ ਕੀ ਬੀਤਦੀ ਹੈ, ਇਸਦਾ ਅੰਦਾਜ਼ਾ ਤੁਸੀਂ ਖੁਦ ਵੀ ਲਗਾ ਸਕਦੇ ਹੋ। ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਪਿਓ ਆਪਣੀ ਧੀ ਤੇ ਹੋ ਰਹੇ ਅਤਿਆਚਾਰ ਲਈ ਤੜਫਦਾ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਉਸਦੀ ਧੀ ਨੂੰ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਕਰਕੇ ਘਰੋਂ ਬਾਹਰ ਕਰ ਦਿੱਤਾ ਹੈ। ਹਾਂਜੀ ਦੋਸਤੋ, ਮੈਂ ਗਰੀਬ ਪਰਿਵਾਰ ਤੋਂ ਬਿਲੋਂਗ ਕਰਦਾ, ਮੇਰਾ ਨਾਮ ਵਿਨੋਦ ਕੁਮਾਰ ਹੈ। ਅੱਜ ਮੇਰੇ ਨਾਲ ਬਹੁਤ ਨਜਾਇਜ਼ ਹੋ ਰਹੀ ਹੈ। ਮੇਰੇ ਨਾਲ ਨਜਾਇਜ਼ ਇਹ ਹੋ ਰਹੀ ਕਿ ਮੈਂ ਆਪਣੀ ਧੀ ਦਾ ਵਿਆਹ ਕੀਤਾ ਸੀਗਾ। ਪਿੰਡ ਸ਼ਹਾੜ ਵਾਸੀ ਸ਼ਹਾੜ ਸੰਗਰੂਰ ਕੁਲਵਿੰਦਰ ਨਾਲ ਉਹਨਾਂ ਨੇ ਸਾਡੀ ਕੁੜੀ ਨਾਲ ਕੁੱਟਮਾਰ ਕੀਤੀ। ਅੱਜ ਸਾਡੀ ਕੁੜੀ ਇੱਥੇ ਸੁੱਟ ਕੇ ਨੇ, ਉਹ ਸੁੱਟ ਕੇ ਗਏ ਨੇ, ਉਹ ਆਪ ਨਹੀਂ ਆਏ, ਸਰਪੰਚ ਸਾਹਿਬ ਨੂੰ ਨਾਲ ਲੈ ਕੇ ਆਏ ਨੇ। ਆ ਤਿੰਨ ਸਰਪੰਚ ਨਾਲ ਭੇਜੇ ਨੇ। ਦੇਖੋ ਜੀ, ਇਹ ਸਾਡੀ ਕੁੜੀ ਨੂੰ ਸੁੱਟ ਕੇ ਜਾ ਰਹੇ ਨੇ ਇੱਥੇ। ਕਹਿੰਦੇ ਸਾ ਮੁੰਡਾ ਲੈ ਕੇ ਨਹੀਂ ਆ ਰਿਹਾ। ਇਹਨਾਂ ਦੇ ਫੇਸ ਲਾਈਵ ਕਰੋ, ਇਹਨਾਂ ਦੀ ਬੜੇ ਕੈਮਰਾ ਜ਼ੂਮ ਕਰੋ, ਇਹਨਾਂ ਨੂੰ ਦਿਖਾਓ ਕਿ ਇਹ ਸਾਡੀ ਕੁੜੀ ਨੂੰ ਸੁੱਟ ਕੇ ਜਾ ਰਹੇ ਨੇ ਇੱਥੇ। ਉਹ ਮੁੰਡੇ ਨਾਲ ਆਏ ਨੀ, ਇਹ ਸਾਡੀ ਕੁੜੀ ਦੀ ਜ਼ਿੰਮੇਦਾਰੀ ਲੈ ਕੇ ਆਏ ਨੇ ਜੀ। ਦੇਖੋ ਦੋਸਤੋ, ਇਹ ਸਾਡੇ ਨਾਲ ਨਜਾਇਜ਼ ਹੋ ਰਹੀ ਆ। ਮੇਰੇ ਵੀਰੋ, ਮੇਰੇ ਨਾਲ ਨਜਾਇਜ਼ ਹੋ ਰਹੀ ਆ। ਦੇਖੋ ਇਹਨਾਂ ਦਾ ਫੇਸ ਦੇਖੋ। ਇਹ ਕਹਿੰਦੇ ਨੇ ਅਸੀਂ ਛੱਡਣ ਸਾਡੀ ਜ਼ਿੰਮੇਦਾਰੀ ਆ। ਦੇਖੋ ਜੀ, ਇਹ ਸਾਡੀ 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 ਇੱਜ਼ਤ ਦਾ ਕੁਛ ਕੁਛ ਮੁੱਲ ਨਹੀਂ ਦੇ। ਕਹਿੰਦੇ 50,000 ਲੈ ਕੇ ਤੁਸੀਂ ਕੁੜੀ ਦਾ ਫੈਸਲਾ ਕਰੋ। ਸਾਡੀ ਇੱਜ਼ਤ ਦਾ ਮੁੱਲ ਦੋਸਤੋ, ਮੇਰੇ ਵੀਰੋ, ਇਹ 50,000 ਰੁਪਏ ਦੇ ਕੇ ਮੇਰੀ ਕੁੜੀ ਦੀ ਇੱਜ਼ਤ ਦਾ ਫੈਸਲਾ ਕਰਨੇ ਇਹ ਸਰਪੰਚ ਸਾਹਿਬ ਨੇ। ਇਹ ਕਹਿੰਦੇ ਅਸੀਂ ਰਿਟਾਇਰ ਸਰਪੰਚ ਨੇ, ਇਹਨਾਂ ਦੇ ਪਿਓ ਬਣੇ ਸੀ, ਚਾਚਾ ਬਣੇ ਹੋਏ ਸੀਗੇ, ਅੱਜ ਮੂੰਹ ਨੂੰ ਘੁੰਮਦੇ ਫਿਰਦੇ ਨੇ। ਦੇਖੋ ਜੀ, ਇਹ ਸਾਡੀ ਕੁੜੀ ਨਾਲ ਨਜਾਇਜ਼ ਕਰਦੇ ਨੇ। ਮੁੰਡੇ ਨੂੰ ਭਜਾ ਕੇ ਸਾਨੂੰ ਕਹਿੰਦੇ ਕੁੜੀ ਰੱਖੋ, ਅਸੀਂ ਤਾਂ ਸਾਡੀ ਜ਼ਿੰਮੇਦਾਰੀ ਤੇ ਕਰਾਂਗੇ, ਲਿਪੇਜਾਂਗੇ। ਅੱਜ ਸਾਡੇ ਨਾਲ ਨਜਾਇਜ਼ ਹੋ ਰਹੇ ਨੇ ਜੀ। ਦੇਖੋ ਜੀ, ਮੈਂ ਗਰੀਬ ਪਰਿਵਾਰ ਦੇ ਨਾਲ ਦੋਸਤੋ, ਮੇਰਾ ਸਾਥ ਦੋ, ਮੇਰੀ ਗਰੀਬ ਕੁੜੀ ਦਾ ਦੇਖੋ ਕੀ ਹਾਲ ਕੀਤਾ ਇਹਨਾਂ ਨੇ, ਮਾਰ ਮਾਰ ਕੇ ਉਹਦਾ ਬਾਲ ਖਿਲਾਰ ਪਿਆ, ਸਮਾਨ ਸੁੱਟ ਕੇ ਚਲੇ ਗਏ ਨੇ। ਸਾਰਿਆਂ ਨੇ ਕੁੱਟ ਮਾਰ ਕੀਤੀ ਹੈ ਮੇਰੀ ਕੁੜੀ ਦੇ ਨਾਲ, ਇਹਨਾਂ ਨੇ ਕੁੱਟ ਮਾਰ ਕਰਕੇ ਮੇਰੀ ਕੁੜੀ ਨੂੰ ਇੱਥੇ ਸੁੱਟ ਕੇ ਜਾ ਰਹੇ ਨੇ। ਦੇਖੋ, ਅੱਛਾ ਅੱਛਾ ਠੀਕ ਹੈ, ਆ ਰਹੇ ਨੂੰ ਕਰਕੇ ਨਾ ਪੋਸਟ ਕਰੇ, ਪੋਸਟ ਕਰੀ ਇਹਨੂੰ ਜਰਾ ਜੀ। ਲਾਈਵ ਨਹੀਂ ਕੀਤੀ, ਜਦ ਵੀਡੀਓ ਪੋਸਟ ਕਰੇ ਇਹਨੂੰ ਬਸ ਕਰ। ਤਿੰਨ ਸਰਪੰਚ ਨੇ, ਤਿੰਨ ਜਣੇ ਆਏ ਨੇ ਕੁੜੀ ਨੂੰ ਛੱਡਣ ਸਾਡੀ ਨੂੰ। ਇਹ ਗਰੀਬ ਦੀ ਇੱਜ਼ਤ ਦਾ ਕੋਈ ਮੁੱਲ ਨੀ ਦੋਸਤੋ, ਆ ਦੇਖ ਲੋ ਸਾਡੀ ਕੁੜੀ ਨੂੰ ਸੁੱਟਿਆ। ਗਰੀਬ ਨੇ ਕਹਿੰਦੇ 50,000 ਲੈ ਕੇ ਇਹਦੀ ਇੱਜ਼ਤ ਦਾ ਸੌਦਾ ਕਰ ਲੋ ਸਾਡੇ ਨਾਲ, ਅੱਜ ਸਾਡੇ ਨਾਲ ਇਹ ਹੋ ਰਿਹਾ ਵਾ। ਲੜਕੀ ਦੇ ਪਿਤਾ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਇਹ ਪੀੜਤ ਲੜਕੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਛਾਹੜ ਵਿਆਹੀ ਹੋਈ ਸੀ ਤੇ ਸਹੁਰੇ ਪਰਿਵਾਰ ਨੇ ਇਸ ਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕਰ ਦਿੱਤਾ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿੰਡ ਦੇ ਮਹੁਤਵਾਰ ਬੰਦਿਆਂ ਵੱਲੋਂ ਇੱਕ ਧੀ ਦਾ ਪੱਖ ਲੈਣ ਦੀ ਬਜਾਏ 50,000 ਲੈ ਕੇ ਇਸ ਮਾਮਲੇ ਨੂੰ ਨਿਬੇੜਨ ਦੀ ਗੱਲ ਕਰ ਰਿਹਾ ਤੇ ਉਹ ਕੁੜੀ ਨੂੰ ਉਸਦੇ ਪਿੰਡ ਛੱਡ ਗਏ। ਇਹ ਵੀਡੀਓ ਦਿਖਾਉਣ ਦਾ ਸਾਡਾ ਇਹੀ ਮਕਸਦ ਹੈ ਕਿ ਇਸ ਗਰੀਬ ਲੜਕੀ ਨੂੰ ਇਨਸਾਫ ਮਿਲ ਸਕੇ ਤੇ ਇਹ ਵੀਡੀਓ ਸੰਗਰੂਰ ਦੇ ਪ੍ਰਸ਼ਾਸਨ ਤੱਕ ਪਹੁੰਚ ਸਕੇ। ਬਿਊਰੋ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।